ਕਿ ਸਾਰੇ ਸਾਥੀ ਨੂੰ ਪਤਾ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਿਹੜਾ 87ਵਾਂ ਜਿਹੜਾ ਜਨਮ ਦਿਨ ਹੈ ਪੂਰੇ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ BSP ਦੇ ਸਪੋਰਟਰ ਹੋਣ ਚਾਹੇ ਕਿਸੇ ਹੋਰ ਵੀ ਪਾਰਟੀ ਨੂੰ ਬੜੇ ਧੂਮਧਾਮ ਨਾਲ ਮਨਾ ਰਿਹਾ ਕਿਉਂਕਿ ਉਹ ਇੱਕ ਕਾਰਨ ਸੀਗਾ ਕਿਉਂਕਿ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਕਾਂਸ਼ੀ ਰਾਮ ਉਹੀ ਇੱਕ ਸੂਰਮਾ ਸੀਗਾ ਜਿਹੜੇ ਕਿ ਅੱਗੇ ਲੈ ਕੇ ਸਾਡੇ ਸਮਾਜ ਨੂੰ ਬਹੁਜਨ ਸਮਾਜ ਦੇ ਲੋਕਾਂ ਨੂੰ ਅੱਗੇ ਲੈ ਕੇ ਤੱਕ ਗਿਆ ਅਤੇ BSP ਦੀ ਜਿਹੜੀ ਪਾਰਟੀ ਨੂੰ ਮੌਜੂਦਾ ਇਸ ਵੇਲੇ ਬਣਾਉਣ ਵਾਸਤੇ ਉਹਨਾਂ ਦਾ ਜਿਹੜਾ ਅਹਿਮ ਯੋਗਦਾਨ ਸੀਗਾ ਇਸ ਵੇਲੇ ਸਾਡੇ ਨਾਲ ਜਿਹੜੇ ਸਾਥੀ ਸਾਡੇ ਮੌਜੂਦ ਨੇ BSP ਫਗਵਾੜਾ ਤੋਂ ਵਰਕਰ ਨੇ ਉਹਨਾਂ ਵਿੱਚ ਕੁਛ ਸਾਡੇ ਅਹੁਦੇਦਾਰ ਸਾਥੀ ਨੇ ਉਹਨਾਂ ਨੂੰ ਵੀ ਪੁੱਛਦੇ ਹਾਂ ਕੀ ਕਹਿਣਾ ਚਾਹੁੰਦੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਲੈ ਕੇ ਸਭ ਤੋਂ ਪਹਿਲਾਂ ਜੈ ਭੀਮ ਜੀ ਜੈ ਭੀਮ ਜੈ ਭਾਰਤ ਜੀ ਸਾਰਿਆਂ ਨੂੰ ਸਮੁੱਚੀ ਮਾਨਵਤਾ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜਨਮ ਦਿਨ ਦੀ ਲੱਖ ਲੱਖ ਵਧਾਈ ਕਿਉਂਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਇਹੋ ਜਿਹੀ ਚੈਣਕ ਜਿਹੜੀ ਆ ਭਾਰਤ ਦੇ ਅੰਦਰ ਲਗਾਈ ਜਿਹੜੇ ਹੁਕਮਰਾਨ ਲੋਕ ਸੀ ਜਿਹੜੇ ਸਾਡੇ ਸਮਾਜ ਨੂੰ ਦੱਬੇ ਕੁਚਲੇ ਲੋਕ ਸੀ ਉਹਨਾਂ ਦਬਾ ਕੇ ਰੱਖਿਆ ਸੀਗਾ ਜੋ ਸਾਡੇ ਮਹਾਂਪੁਰਸ਼ ਜਿਹੜੀ ਸੋਚ ਚਾਹੁੰਦੇ ਸੀਗੇ ਉਸ ਸੋਚ ਨੂੰ ਜਿਹੜਾ ਉਭਾਰ ਕੇ ਸਾਈਕਲ 'ਤੇ ਜਿਹੜਾ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ ਅਤੇ ਦੇਸ਼ ਦੇ ਅੰਦਰ ਸਭ ਤੋਂ ਵੱਡੇ ਸੂਬੇ ਦੇ ਅੰਦਰ UP ਵਰਗੇ ਸੂਬੇ ਦੇ ਵਿੱਚ ਚਾਰ ਚਾਰ ਵਾਰ ਜਿਹੜੀ ਸਰਕਾਰ ਬਣਾਈ ਆ ਅਤੇ ਇੱਥੇ ਹੀ ਪੰਜਾਬ ਵਾਸੀਆਂ ਨੂੰ ਸਾਡੇ ਸਰਦਾਰ ਜਸਵੀਰ ਸਿੰਘ ਗੜੀ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ 74 ਯਾਤਰਾ ਪੂਰੇ 117 ਵਿਧਾਨ ਸਭਾ 'ਤੇ ਹੋ ਰਹੀ ਉਸੇ ਤਰ੍ਹਾਂ ਫਗਵਾੜੇ ਦੇ ਅੰਦਰ ਅਸੀਂ ਸਾਰੇ ਜਿਹੜੇ ਸੀਨੀਅਰ ਸਾਥੀ ਆ ਆਪਣੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਮੋਟਰਸਾਈਕਲ ਰੈਲੀ ਕੱਢਣ ਜਾ ਰਹੇ ਹਾਂ ਸਾਰੇ ਵਰਕਾਂ 'ਚ ਬਹੁਤ ਉਤਸ਼ਾਹ ਹੈ ਅਤੇ ਇੱਕ ਵਾਰ ਸਾਰਿਆਂ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜਨਮ ਦਿਨ ਦੀ ਲੱਖ ਲੱਖ ਵਧਾਈ ਜਿਵੇਂ ਕਿ ਸਾਰੇ ਸਾਥੀ ਸਤਿਕਾਰਯੋਗ ਨੇ ਆ ਅਲੱਗ ਅਲੱਗ ਸਾਥੀ ਨੇ ਅਲੱਗ ਅਲੱਗ ਸਾਥੀਆਂ ਨੂੰ ਪੁੱਛਾਂਗੇ ਕੀ ਕਹਿਣਾ ਚਾਹੁੰਦੇ ਆ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਲੈ ਕੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ BSP ਦੇ ਜਨਰਲ ਸਕੱਤਰ ਸ਼੍ਰੀ ਰਮੇਸ਼ ਕੌਲ ਜੀ ਉਹਨਾਂ ਨੂੰ ਵੀ ਪੁੱਛਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਬਹੁਜਨ ਸਮਾਜ ਪਾਰਟੀ ਦੇ ਜਨਮਦਾਤਾ ਬਹੁਜਨ ਨਾਇਕ ਬਹੁਜਨ ਪਿਤਾਮਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜਿਨ੍ਹਾਂ ਨੇ ਇਸ ਦੇਸ਼ ਅੰਦਰ ਕਰੋੜਾਂ ਕਰੋੜਾਂ ਬੇਜਵਾਨ ਲੋਕਾਂ ਨੂੰ ਜ਼ਬਾਨ ਦਿੱਤੀ ਔਰ ਇਸ ਦੇਸ਼ ਅੰਦਰ ਆਪਣੀ ਹੋਣੀ ਦੇ ਆਪ ਮਾਲਕ ਬਣਨ ਵਾਸਤੇ ਕਿਉਂਕਿ ਵੋਟ ਜਿਹੜੀ ਆ ਉਹ ਸਾਨੂੰ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਲੈ ਕੇ ਦਿੱਤੀ ਆ ਵੋਟ ਦਾ ਇਸਤੇਮਾਲ ਕਰਕੇ ਇਸ ਦੇਸ਼ ਅੰਦਰ ਹੁਕਮਰਾਨ ਬਣਨਾ ਔਰ ਉਸਦਾ ਕਿਵੇਂ ਇਸਤੇਮਾਲ ਕਰਨਾ ਇਹ ਸਾਨੂੰ ਸਾਹਿਬ ਕਾਂਸ਼ੀ ਰਾਮ ਜੀ ਨੇ ਜਿਹੜਾ ਉਹ ਸਿਖਾਇਆ ਔਰ ਇਸ ਦੇਸ਼ ਦੇ ਵਿੱਚ ਜਿਹੜਾ ਬਹੁਜਨ ਸਮਾਜ ਪਾਰਟੀ ਬਣਾ ਕੇ ਜਿਹੜੀਆਂ 16 ਪਾਰਟੀਆਂ ਤੋਂ ਅੱਗੇ ਨਿਕਲ ਕੇ ਦੇਸ਼ ਦੀ ਜਿਹੜੀ ਤੀਸਰੀ ਨੈਸ਼ਨਲ ਪਾਰਟੀ ਬਣਾਈ ਆ ਔਰ ਉਸ ਪਾਰਟੀ ਨੂੰ ਚਲਾਉਣ ਲਈ ਸਭ ਤੋਂ ਵੱਡੀ ਜਿਹੜੀ ਗੱਲ ਇਹ ਆ ਕਿ ਦੇਸ਼ ਦੇ ਵਿੱਚ ਔਰਤ ਦਾ ਇੰਨਾ ਅਪਮਾਨ ਹੋਇਆ ਲੇਕਿਨ ਸਾਹਿਬ ਕਾਂਸ਼ੀ ਰਾਮ ਇਹੋ ਜਿਹੇ ਨੇਤਾ ਹੋਇਆ ਜਿਹਨੇ ਇੱਕ ਔਰਤ ਨੂੰ ਜਿਹਨੂੰ ਬਰਨ ਸਿਸਟਮ 'ਚੋਂ ਵੀ ਕੱਢਿਆ ਹੋਇਆ ਸੀ ਉਸ ਔਰਤ ਨੂੰ ਅੱਜ ਦੇ ਮੌਕੇ 'ਤੇ ਜਿਹੜਾ ਆ ਉਹ ਮਨੁਵਾਦੀ ਸਿਸਟਮ ਨਾਲ ਔਰ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰ ਬਣਾਉਣ ਵਾਸਤੇ ਔਰਤ ਨੂੰ ਤਿਆਰ ਕੀਤਾ ਔਰ ਅੱਜ ਸਭ ਜਿਹੜੇ ਲੋਕ ਹੈ ਉਹ ਕਾਲੇ ਕਾਨੂੰਨਾਂ ਤੋਂ ਪਰੇਸ਼ਾਨ ਨੇ ਔਰ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਨੇ ਔਰ ਬਹੁਜਨ ਸਮਾਜ ਪਾਰਟੀ ਨੂੰ ਉਹ ਸਮਝਦੇ ਆ ਕਿ ਅਗਰ ਸੰਵਿਧਾਨ ਦੀ ਰੱਖਿਆ ਕੀਤੀ ਜਾ ਸਕਦੀ ਆ ਮੋਦੀ ਦੇ ਨਾਲ ਲੜਿਆ ਜਾ ਸਕਦਾ ਅਤੇ ਦੇਸ਼ ਦੇ ਵਿੱਚ ਜਿਹਦੀਆਂ ਜੜ੍ਹਾਂ ਸਾਹਿਬ ਕਾਂਸ਼ੀ ਰਾਮ ਜੀ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਲਾਈਆਂ ਅੱਜ ਉਹੀ ਨੈਸ਼ਨਲ ਪਾਰਟੀ ਅੱਜ ਲੜ ਸਕਦੀ ਆ ਕਾਲੇ ਕਾਨੂੰਨਾਂ ਦੇ ਖਿਲਾਫ਼ ਮੋਦੀ ਨੂੰ ਭਜਾ ਸਕਦੀ ਆ ਅੱਜ 87ਵੇਂ ਜਨਮ ਦਿਵਸ 'ਤੇ ਜਿੱਥੇ ਅਸੀਂ ਉਸ ਰਹਿਬਰ ਨੂੰ ਜਿਹਨੇ ਬੇਜਵਾਨ ਲੋਕਾਂ ਨੂੰ ਜਵਾਨ ਦਿੱਤੀ ਆ ਉਹਨੂੰ ਜਿਹੜਾ ਅਸੀਂ ਸ਼ਰਧਾ ਸੁਮਨ ਭੇਟ ਕਰ ਰਹੇ ਹਾਂ ਔਰ ਖੁਸ਼ੀ ਮਨਾ ਰਹੇ ਹਾਂ ਉੱਥੇ ਉੱਥੇ ਉਹਦੀ ਸੋਚ ਦੇ ਜਿਹੜਾ ਉਹਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਕਿ ਜਿਹੜਾ ਅੱਜ ਦੇਸ਼ ਦੇ ਵਿੱਚ 85% ਸਮਾਜ ਹੈ ਇਹਦੀਆਂ ਵੋਟਾਂ ਜ਼ਿਆਦਾ ਨੇ ਅਤੇ ਇਹ 15% ਜਿਹੜੇ ਰਾਜ ਕਰਦੇ ਆ ਇਹਨਾਂ ਨੂੰ ਤੁਸੀਂ ਵੋਟ ਦੇ ਨਾਲ ਭਜਾ ਸਕਦੇ ਹੋ ਅਤੇ ਅੱਜ ਜੇ ਤੁਸੀਂ ਦੁਖੀ ਆ ਜੇ ਸੰਵਿਧਾਨ ਖਤਰੇ 'ਚ ਆ ਅਤੇ ਸੰਵਿਧਾਨ ਦੀ ਰਾਖੀ ਵਾਸਤੇ ਤੁਸੀਂ ਅੱਜ ਅੱਗੇ ਆਓ ਅਤੇ ਬਹੁਜਨ ਸਮਾਜ ਪਾਰਟੀ ਦਾ ਡਟ ਕੇ ਆਉਣ ਵਾਲੀ ਹਰ ਇਲੈਕਸ਼ਨ ਚਾਹੇ 2022 ਦੀ ਆ ਤਾਂ ਚਾਹੇ 2024 ਦੀ ਆ ਡਟ ਕੇ ਇਕੱਠੇ ਹੋ ਕੇ ਕਿਉਂਕਿ ਸਾਹਿਬ ਕਾਂਸ਼ੀ ਰਾਮ ਨੇ ਹੀ ਇਸ ਦੇਸ਼ ਅੰਦਰ ਭਾਈਚਾਰਾ ਅਤੇ ਜਾਤੀ ਤੋੜੋ ਸਮਾਜ ਦਾ ਕੰਸੈਪਟ ਦੇ ਕੇ ਸਾਰੀਆਂ ਜਾਤਾਂ ਨੂੰ ਇਕੱਠੇ ਕਰਨ ਦਾ ਜਿਹੜਾ ਉਹ ਉਪਰਾਲਾ ਕੀਤਾ ਅੱਜ ਬਹੁਜਨ ਸਮਾਜ ਪਾਰਟੀ ਸਾਰੇ ਲੋਕਾਂ ਦੇ ਸਰਜਣ ਕੇ ਸਨਮਾਨ ਮੇ ਬਹੁਜਨ ਸਮਾਜ ਮੈਦਾਨ ਮੇ ਜਿਹੜਾ ਅੱਜ ਗੱਜ ਰਿਹਾ ਅਤੇ ਇਸ ਕਰਕੇ ਸੰਵਿਧਾਨ ਦੀ ਰੱਖਿਆ ਲਈ ਅਤੇ ਡੈਮੋਕਰੇਸੀ ਲੋਕਤੰਤਰ ਦੀ ਰੱਖਿਆ ਲਈ ਅੱਜ ਇਕੱਠੇ ਹੋ ਜਾਓ ਆਉਣ ਵਾਲੀ ਕੋਈ ਵੀ ਇਲੈਕਸ਼ਨ ਆ ਉਹਦੇ ਵਿੱਚ ਮੋਦੀ ਭਜਾਓ ਕਾਲੇ ਕਾਨੂੰਨਾਂ ਵਾਲੇ ਭਜਾਓ ਕਾਂਗਰਸ ਭਜਾਓ ਜਿਹੜਾ ਇਹ ਕੰਸੈਪਟ ਲੈ ਕੇ ਮੈਦਾਨ 'ਚ ਆ ਜਾਓ ਅਤੇ ਅਗਲੀਆਂ ਚੋਣਾਂ ਜਿੱਤੀਏ ਜੈ ਭੀਮ ਜੈ ਭਾਰਤ ਜੀ ਪੁੱਤਰ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ਦੀ ਸਮੁੱਚੀ ਮਨੁੱਖਤਾ ਨੂੰ ਲੱਖ ਲੱਖ ਮੁਬਾਰਕਬਾਦ ਜੈ ਭੀਮ ਜੈ ਭਾਰਤ ਅੱਜ ਉਸ ਮਹਾਨ ਨਾਇਕ ਦਾ ਜਨਮ ਦਿਨ ਹੈ ਜਿਨ੍ਹਾਂ ਨੇ
ਸਾਡੇ ਸਮਾਜ ਨੂੰ 1585 ਦਾ ਫਾਰਮੂਲਾ ਸਮਝਾਇਆ। ਤੋਂ ਅੱਜ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਸਾਰਿਆਂ ਨੂੰ ਇਹ ਅਪੀਲ ਆ ਕਿ ਅੱਜ ਉਸ ਜੁਗ ਪਲਟਾਉ ਨੇਤਾ ਜੀ ਦਾ ਜਨਮ ਦਿਨ ਹੈ ਜਿਨ੍ਹਾਂ ਨੂੰ ਪੂਰੇ ਦੇਸ਼ ਦੇ ਵਿੱਚ ਪੂਰੇ ਜੋਰਾਂ ਦੇ ਨਾਲ ਖਾਸ ਤੌਰ ਤੇ ਫਗਵਾੜਾ ਵਿਧਾਨ ਸਭਾ ਦੇ ਵਿੱਚ ਤੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਪੂਰੇ ਜ਼ੋਰ ਖਰੋਸ਼ ਦੇ ਨਾਲ ਮਨਾ ਰਿਹਾ ਹੈ ਮਨਾਏ ਜਾ ਰਹੇ ਹਨ। ਤਾਂ ਪੰਜਾਬ ਬਚਾਓ ਹਾਥੀ ਯਾਤਰਾ ਅੱਜ ਅਸੀਂ ਕੁਝ ਹੀ ਸਮੇਂ ਦੇ ਵਿੱਚ ਇੱਥੋਂ ਸਟਾਰਟ ਕਰ ਰਹੇ ਹਾਂ ਸਮੁੱਚੀ ਲੀਡਰਸ਼ਿਪ ਦੇ ਨਾਲ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਸਾਹਿਬ ਸ਼੍ਰੀ ਕਾਂਸ਼ੀ ਰਾਮ। ਪਿਆਰੇ ਸਾਥੀਓ, ਮੈਂ ਮਲਕੀਤ ਬਵੇਲੀ। ਸੋ ਅੱਜ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ 'ਤੇ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦਾਂ, ਲੱਖ ਲੱਖ ਵਧਾਈਆਂ ਸਮੁੱਚੀਆਂ ਸੰਗਤਾਂ ਨੂੰ। ਸੋ ਪਿਆਰੇ ਸਾਥੀਓ, ਜਿਸ ਤਰ੍ਹਾਂ ਤੁਸੀਂ ਸਾਰੇ ਜਣੇ ਜਾਣਦੇ ਹੋ, ਅੱਜ ਪੂਰੀ ਦੁਨੀਆ ਦੇ ਵਿੱਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬੜੇ ਪਿਆਰ ਅਤੇ ਬੜੇ ਚਾਵਾਂ ਦੇ ਨਾਲ ਮਨਾਇਆ ਜਾ ਰਿਹਾ। ਸੋ ਬਹੁਤ ਸਾਰੇ ਸਾਥੀਆਂ ਨੇ ਸੋ ਸਾਡੇ ਗੀਤਾਂ ਨੂੰ ਪ੍ਰਮੋਟ ਕੀਤਾ। ਸੋ ਜਿਹਨਾਂ ਦੇ ਵਿੱਚ ਨੇ ਵੈਰੀਆਂ ਦਰਦਣਾ ਬਣਾ ਕੇ ਚੂਰਮਾ, ਗੱਭਰੂ ਚ ਬੋਲੇ ਕਾਂਛੀ ਰਾਮ ਸੂਰਮਾ, ਗੱਭਰੂ ਚ ਬੋਲੇ ਕਾਂਛੀ ਰਾਮ ਸੂਰਮਾ।